ਅੰਮ੍ਰਿਤਪਾਲ ਬਾਰੇ ਗੱਲ ਕਰਨ ਗਿਆ ਸੀ, ਉਹਨਾਂ ਦੀ ਓਥ ਬਾਰੇ ਵੀ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ 5 ਤਰੀਕ ਨੂੰ 100% ਸ਼ੋਰਟੀ ਨਾਲ ਉਹਨਾਂ ਨੇ ਕਿਹਾ ਵੀ 5 ਤਰੀਕ ਨੂੰ ਉਹਨੂੰ ਓਥ ਦਵਾਈ ਜਾਏ। ਵੈਸੇ ਤਾਂ ਜੀ ਜੋ ਬਣਦਾ ਹੈ ਇਹਨੂੰ 25 ਤਰੀਕ ਨੂੰ ਚੁਕਾਉਣੀ ਚਾਹੀਦੀ ਸੀ ਸਾਰਿਆਂ ਦੇ ਨਾਲ ਹੀ, ਪੰਜਾਬ ਦੇ ਸਾਰੇ ਮੈਂਬਰਾਂ ਦੇ ਨਾਲ ਹੀ, ਪਰ ਇਹਨਾਂ ਨੇ ਨਹੀਂ ਉਦੋਂ ਕੀਤਾ ਚੁਕਾਈ ਤੇ, ਪਰ ਹੁਣ ਇਹਦੇ ਡੈਫੀਨੇਟ ਹੈ ਵੀ ਕਹਿ ਰਹੇ ਹੈ, ਕਿਉਂਕਿ ਮੈਂ ਸਪੈਸ਼ਲੀ ਕਈ ਦਿਨਾਂ ਤੋਂ ਇਸ ਕਈ ਵਾਰੀ ਮਿਲ ਚੁੱਕਿਆ ਹੈ ਦੱਤਾ ਜੀ ਨੂੰ, ਇਹਨਾਂ ਦੇ ਜਿਹੜੇ ਪਰਸਨਲ ਅਸਿਸਟੈਂਟ ਹੈ ਕਹਿ ਲਓ ਤੁਸੀਂ, 2-3 ਵਾਰੀ ਉਹਨਾਂ ਨੂੰ ਮਿਲੇ ਆਏ, ਉਹ ਵੀ ਕਹਿੰਦੇ ਸੀ ਵੀ ਅਸੀਂ ਛੇਤੀ ਤੋਂ ਛੇਤੀ ਲੱਗੇ ਹੋਏ ਹਾਂ, ਕਿਉਂਕਿ ਪੰਜਾਬ ਗੌਰਮੈਂਟ ਤੋਂ ਵੀ ਕਲੀਅਰੈਂਸ ਚਾਹੀਦੀ ਹੈ ਤੇ ਉੱਥੋਂ ਵੀ ਆ ਗਈ, ਹੁਣ ਸਾਰੇ ਪਾਸੋਂ ਆ ਗਈ ਹੈ ਤੇ ਹੁਣ 5 ਤਰੀਕ ਨੂੰ ਚੁਕਾਉਣਗੇ। ਪਹਿਲਾਂ ਤਾਂ ਗੌਰਮੈਂਟ ਤੋਂ, ਸਟੇਟ ਗੌਰਮੈਂਟ ਦੀ ਚਾਹੀਦੀ ਹੈ ਪੰਜਾਬ ਦੀ, ਫਿਰ ਉਹ ਕੋਰਟ ਤੋਂ ਵੀ ਪਰਮਿਸ਼ਨ ਚਾਹੀਦੀ ਹੈ, ਫਿਰ ਉਹ ਕੋਰਟ ਤੋਂ ਪਰਮਿਸ਼ਨ ਲੈ ਕੇ ਫਿਰ ਇਹ ਹੁਣ ਇਹਨਾਂ ਕੋਲ ਆ ਗਈ ਹੈ ਪਾਰਲੀਮੈਂਟ ਕੋਲ, ਤੇ ਇਹਨਾਂ ਫਿਰ ਇਹ ਹੁਣ ਲੈ ਕੇ ਆਉਣਗੇ 5 ਤਰੀਕ ਤੋਂ ਜੀ, ਜੋ ਮੈਨੂੰ ਉਹਨਾਂ ਨੇ ਕਿਹਾ ਡੈਫੀਨੇਟ ਕਿਹਾ ਹੈ। ਮੈਂ ਤਾਂ ਜੀ ਇਹ ਕਹਿੰਦਾ ਵੀ ਉਹਨਾਂ ਦਾ ਦੇਖੋ ਇਹ ਐਕਚੁਅਲੀ ਨਾ ਪਰਸਨਲ ਮੈਟਰ ਹੈ, ਅਸੀਂ ਹੁਣ ਕੀ ਕਹੀਏ, ਬਸ ਇੰਨਾ ਜ਼ਰੂਰ ਕਹੂੰਗਾ ਕਿ ਇਹ ਬਹੁਤ ਦੇਰ ਤੋਂ ਰੌਲਾ ਚੱਲ ਰਿਹਾ ਸੀ ਵੀ ਸੁਖਬੀਰ ਬਾਦਲ ਨੂੰ ਹਟਾ ਕੇ ਕਿਸੇ ਹੋਰ ਨੂੰ ਪ੍ਰਧਾਨ ਲਾਉਣ ਦਾ, ਇਹ ਬਹੁਤ ਦੇਰ ਹੋ ਗਈ ਇਹ ਰੌਲਾ ਪੈ ਰਿਹਾ ਸੀ ਵੀ ਹੋਰ ਨੂੰ ਲਾਇਆ ਜਾਵੇ, ਤੇ ਹੁਣ ਜ਼ਿਆਦਾ ਐਕਚੁਅਲੀ ਵਾਰ ਵਾਰ ਹਾਰ ਦਾ ਸਾਹਮਣਾ ਕਰਦੀ ਪਈ ਹੈ ਪਾਰਟੀ, ਫਿਰ ਓਨੀ ਗੱਲ ਫਿਰ ਹੋਰ ਉੱਠਦੀ ਹੈ, ਜਾਂ ਤਾਂ ਜਿੱਤ ਜਾਂਦੀ ਪਾਰਟੀ ਫਿਰ ਤਾਂ ਗੱਲਾਂ ਸਾਰੀਆਂ ਦੱਬ ਜਾਂਦੀਆਂ, ਨਹੀਂ ਕਿਉਂਕਿ ਇਹਦੇ MLA ਦੇ ਵਿੱਚ ਵੀ ਇਹਨਾਂ ਦਾ ਇੱਕ ਅੱਧਾ ਕੈਂਡੀਡੇਟ ਜਿੱਤਿਆ ਹੈ, ਉਹ ਵੀ ਜਿਹੜਾ ਜਿੱਤਿਆ ਹੈ ਆਪਣੀ ਪਰਸਨਲ ਅਬਿਲਿਟੀਜ਼ ਕਰਕੇ ਜਿੱਤਿਆ ਜਾਂ ਆਪਣੇ ਕੰਮ ਕਾਰ ਕਰਕੇ ਜਿੱਤਿਆ, ਉਹਦੇ ਵਿੱਚ ਪਾਰਟੀ ਦਾ ਕੋਈ ਰੋਲ ਨਹੀਂ ਹੈ ਉਹਨਾਂ ਦੀ ਜਿੱਤ ਦੇ ਵਿੱਚ। ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ ਇਹਦੇ ਬਾਰੇ, ਕੁਛ ਨਹੀਂ, ਉਹ ਤਾਂ ਉਹਨਾਂ ਦੀ ਆਪਣੀ ਹੈ ਜੀ, ਜੋ ਮਰਜ਼ੀ ਕਰਨ ਉਹ। ਹਾਂ ਨਹੀਂ ਜੀ, ਸਾਨੂੰ ਕਿਹੜਾ ਪੁੱਛ ਕੇ ਖੜੇ ਹੋਏ ਆ, ਉਹ ਤਾਂ ਬਾਅਦ ਚ ਸਮਰਥਨ ਮੰਗਿਆ ਉਹਨਾਂ ਨੇ, ਨਹੀਂ ਅਸੀਂ ਨਹੀਂ ਦਿੰਦੇ ਸਮਰਥਨ ਕਿਸੇ ਨੂੰ, ਨਹੀਂ ਹਮ ਨਹੀਂ ਦੇਂਗੇ। ਹਾਂਜੀ, ਹਮ ਜੀ ਜੋ ਵੀ ਹੈ ਆਪਣੀ ਡਿਊਟੀਜ਼ ਹੈ, ਜਿਹੜੀਆਂ ਆਪਣੀਆਂ ਡਿਊਟੀਜ਼ ਹੈ, ਮਤਲਬ ਮੈਨੂੰ ਜੋ ਫੰਡ ਮਿਲੇਗਾ ਹੈ ਨਾ, ਤੇ ਜੋ ਵੀ ਆਪਣਾ ਹੋਰ ਮੇਰੇ ਕੋਲ ਜੋ ਪਾਵਰ ਹੈ ਲੋਕਾਂ ਦੇ ਕੰਮ ਹੈ, ਮੈਂ ਪਹਿਲ ਦੇ ਆਧਾਰ ਤੇ ਕਰੂੰਗਾ ਜੀ। ਹਾਂਜੀ, ਬਹੁਤ ਪਿਆਰ ਦਿੱਤਾ, ਮੈਂ ਬਹੁਤ ਧੰਨਵਾਦ ਹੈ ਜੀ, ਮੈਨੂੰ ਨਿਮਾਣੇ ਤੋਂ ਇੰਨਾ ਮਾਣ ਬਖਸ਼ਿਆ ਹੈ ਤੇ ਜਿਤਾਇਆ ਮੈਨੂੰ, ਬਹੁਤ ਬਹੁਤ ਮੈਂ ਸਾਰੇ ਹਲਕਾ ਵਾਸੀਆਂ ਦਾ, ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ।
40 ਸਾਲ ਬਾਅਦ ਆਪਕੋ ਜਿਤਾਇਆ ਹੈ ਜਨਤਾ ਨੇ। ਹਾਂਜੀ ਅੱਛਾ ਰਿਜ਼ਲਟ ਦਿਆ ਜਨਤਾ ਨੇ। ਬਹੁਤ ਅੱਛਾ ਜੀ, ਬਹੁਤ ਅੱਛਾ, ਬਹੁਤ ਅੱਛਾ। ਵਹੀ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾ ਭਾਸ਼ਣ, ਉਸਕੋ ਆਪਨੇ ਕਿਸ ਤਰੀਕੇ ਸੇ ਦੇਖਾ ਔਰ ਕਿਆ ਕਹੇਂਗੇ ਉਸਕੋ ਲੇਕਰ? ਮੈਂ ਇਹ ਕਹਿਣਾ ਚਾਹੂੰਗਾ ਜੀ, ਬਈ ਜਿੱਦਾਂ ਹੁਣ ਨਰਿੰਦਰ ਮੋਦੀ ਬੋਲੇ ਹੈ, ਉਹਨਾਂ ਦਾ 2.5 ਘੰਟੇ ਦਾ ਭਾਸ਼ਣ ਸੀ, ਵਿੱਚੋਂ 2 ਘੰਟਾ 20 ਮਿੰਟ ਤਾਂ ਉਹ ਰਾਹੁਲ ਗਾਂਧੀ ਤੇ ਹੀ ਬੋਲੀ ਗਏ, ਤੇ ਜੇ ਉਹਨਾਂ ਨੇ ਕੱਲਾ ਰਾਹੁਲ ਗਾਂਧੀ ਤੇ, ਜਦੋਂ ਕਿ ਉਹਨਾਂ ਨੂੰ 10 ਮਿੰਟ ਰਾਹੁਲ ਗਾਂਧੀ ਤੇ ਬੋਲਣਾ ਚਾਹੀਦਾ ਸੀ ਤੇ 2 ਘੰਟਾ 20 ਮਿੰਟ ਇਸ ਦੇਸ਼ ਦੀਆਂ ਸਮੱਸਿਆ ਬਾਰੇ ਜਾਂ ਜੋ ਕਰ ਰਹੇ ਹੈ ਕਰਨਾ ਇਨ ਫਿਊਚਰ ਉਹਦੇ ਬਾਰੇ ਦੱਸਣਾ ਚਾਹੀਦਾ ਸੀ। ਮੈਨੂੰ ਲੱਗਦਾ ਵੀ ਇਹ ਆਪਸ ਦੇ ਵਿੱਚ ਰਾਹੁਲ ਗਾਂਧੀ ਨੇ ਇਹਨਾਂ ਨੂੰ ਇੰਨਾ ਉਲਝਾ ਲਿਆ ਹੈ ਤੇ ਕਿ ਇਹਨਾਂ ਨੂੰ ਹੁਣ ਸੁਰਤੀ ਨਹੀਂ ਆ ਵੀ ਮੈਂ ਦੇਸ਼ ਦੀ ਗੱਲ ਵੀ ਕਰਨੀ ਹੈ। ਜਿਸ ਤਰੀਕੇ ਸੇ ਅਕਾਲੀ ਦਲ ਕਮਜ਼ੋਰ ਹੁੰਦਾ ਜਾ ਰਿਹਾ ਹੈ, ਇਸਸੇ ਕਿਆ ਪੰਜਾਬ ਕੀ ਰਾਜਨੀਤੀ ਮੇਂ ਨੁਕਸਾਨ ਹੋਗਾ ਕਿ ਫਾਇਦਾ ਹੋਗਾ, ਕਿਉਂਕਿ ਕੌਮ ਕੀ ਸਿੱਖੋ ਕੀ ਪਾਰਟੀ ਜੋ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਨ? ਦੇਖੋ ਜੀ, ਪਾਰਟੀ ਤਾਂ ਜਿਹੜੀ ਫੇਲ ਹੁੰਦੀ ਹੈ ਆਪਣੀਆਂ ਕਾਰਗੁਜ਼ਾਰੀਆਂ ਕਰਕੇ ਫੇਲ ਹੁੰਦੀ ਹੈ, ਅਕਾਲੀ ਦਲ ਕਦੀ ਫੇਲ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ, ਇਹ ਯਾਦ ਰੱਖ ਲਿਓ ਗੱਲ, ਅਕਾਲੀ ਦਲ ਨਹੀਂ ਫੇਲ ਹੋ ਸਕਦਾ, ਬੰਦਾ ਫੇਲ ਹੋ ਸਕਦਾ ਹੈ ਜਿਹੜਾ ਪ੍ਰਧਾਨ ਹੈ ਅਕਾਲੀ ਦਲ ਦਾ, ਅਕਾਲੀ ਦਲ ਤੋਂ ਬਿਨਾਂ ਪੰਜਾਬ ਦੀ ਸਿਆਸਤ ਹੀ ਨਹੀਂ ਹੈ। ਜਿਹੜਾ ਵੀ ਹੁਣ ਜਿੱਦਾਂ ਸੁਖਬੀਰ ਫੇਲ ਹੋ ਗਿਆ ਸਮਝ ਲਓ, ਹੁਣ ਦੂਜਾ ਜਿਹੜਾ ਅਕਾਲੀ ਦਲ ਪਾਰਟੀ ਬਣੂਗੀ ਉਹ ਅਕਾਲੀ ਦਲ ਹੀ ਹੋਊਗਾ, ਹੋਊਗਾ ਅਕਾਲੀ ਦਲ ਹੀ, ਉਹਦਾ ਪ੍ਰਧਾਨ ਕੌਣ ਹੋਊਗਾ, ਉਹਨੂੰ ਚਲਾਉਣ ਦੀ ਉਹਦੀ ਸਮਝ ਕਿਵੇਂ ਦੀ ਹੋਊਗੀ, ਉਹ ਪਾਰਟੀ ਦੇ ਸਕਸੈਸ ਹੋਣ ਤੇ ਉਸ ਪ੍ਰਧਾਨ ਦੀ ਸਮਝ ਤੇ ਡਿਪੈਂਡ ਕਰਦਾ ਹੈ। ਦੇਖੋ ਜੀ, ਗੱਲ ਇਹ ਹੁੰਦੀ ਹੈ ਵੀ ਪਾਰਟੀ ਇਹ ਨਹੀਂ ਹੈ ਵੀ ਹਾਰਾਂ ਨਹੀਂ ਹੁੰਦੀਆਂ, ਹਾਰਾਂ ਹੁੰਦੀਆਂ ਪਾਰਟੀਜ਼ ਦੇ ਵਿੱਚ, ਪਰ ਉਹ ਦੂਜੀ ਵਾਰੀ ਪਾਰਟੀ ਨੂੰ ਕਵਰ ਕਰਨਾ ਚਾਹੀਦਾ ਹੈ। ਜਿਹੜਾ ਅਕਾਲੀ ਦਲ ਬਾਦਲ ਹੈ ਇਹ ਬਹੁਤ ਲੌਂਗ ਟਾਈਮ ਤੋਂ ਨਾ ਕੌਂਸਟੈਂਟ ਹਾਰਦਾ ਹੀ ਆ ਰਿਹਾ ਹੈ, ਇਹ ਜਿਵੇਂ ਟਾਈਮ ਲੰਘੀ ਜਾਂਦਾ ਹੈ ਇਹਨਾਂ ਦਾ ਗ੍ਰਾਫ ਥੱਲੇ ਹੀ ਗਿਰਦਾ, ਵੋਟ ਸ਼ੇਅਰ ਘੱਟਦਾ ਹੀ ਜਾ ਰਿਹਾ ਹੈ।